हाँ जी सत श्रीकाल भीर। सत श्रीकाल भाई। अपना नाम दस जी। मेरा नाम बिंदर सिंह है जी। बिंद उच्ची बोलो माड़ा नेड़े आ जाओ इधर। बिंदर सिंह है जी मेरा नाम। बिंदर सिंह कितों के रहने वाले जी? मलूका पिंड। मलूका पिंड इन केड़ा जिला पैंदा जी? जिला बठिंडा जी। जिला बठिंडा जी। हाँ जी हाँ जी। ठीक है जी। ते अपने घोड़े बारे दिओ डिटेल आपां नूं। इहदा की नाम है जी? इहदा नाम अलवंद है जी। अलवंद जी। हाँ जी हाँ जी हाँ जी। ठीक है जी। ते इह केड़ी लाइन नूं बिलोंग करदा जी? इह मिंटू रोड वाले घोड़े दा जी। मिंटू रोड वाले घोड़े। हाँ जी हाँ जी। ठीक है जी। ते मां वाली साइड तों? मां भी मान लो गल वड्डे घोड़े दी सी जी मिंटू कोले। ठीक है जी। आपक घोड़ा इहदे कोले अर्जन सी, अर्जन घोड़े दा बच्चा जी। ठीक है जी। ते इहदे अज कल घोड़े दे रिजल्ट वगैरह किवें आ रहे जी? बहुत चंगे रिजल्ट आ जी। ठीक है जी। मान लो गल वी सरसे डेरे घोड़ी खड़ी है जी अपने घोड़े दी। ठीक है जी। घोड़े ने 11 साल किनिया घोड़िया क्रॉस करती होनी? घोड़िया की कोई गिनती नहीं। ठीक है। अणगिनत घोड़िया मतलब? गिनती नहीं। तुसी कवरिंग फीस किनी रखी है जी? 15,000 रुपया। ते जेड़ा अपना कोई दूरों नेड़ों अपनी घोड़ी नु मेट कराउण आउंदा जिवें राजस्थान ला लो जां होर कितों, ओहदे वास्ते कोई खास रियायत होवे जी? हां उत्थे कोई रहण वाण दा प्रबंध हैगा जी, सारा कोई आए नहीं गल करे घोड़ियां वास्ते भी बंदे आउंदे उहनां दा भी रहण वास्ते सारा कुछ ठीक। ते डाक्टर दी सहूलत जी? डाक्टर साडे कोल बहुत चंगे डाक्टर सखदेव आउंदे जी चंद बच्चे। अच्छा जी। हां जी हां जी। ਤੇ ਜਿਵੇਂ ਮੰਨ ਲਓ ਆਪਾਂ ਇੱਕ ਵਾਰੀ ਘੋੜੀ ਮੇਟ ਕਰਵਾ ਲਈ ਜੀ, ਉਹ ਤੋਂ ਬਾਅਦ ਘੋੜੀ ਨਹੀਂ ਰਹਿੰਦੀ ਤੇ ਉਹਦੀ ਦੁਬਾਰੇ ਸਰਵਿਸ ਜੀ? ਨਹੀਂ ਵੇਖੋ ਜੀ, ਜੇ ਘੋੜੀ ਮੰਨ ਲਓ ਗਾ ਅੰਦਰ ਵੀ ਸਾਫ ਆ ਸਹੀ ਆ, ਹਾਂਜੀ, ਆਪਾਂ ਨੂੰ ਐ ਨਹੀਂ ਜੇ ਘੋੜੀ ਰਹੀ ਨਹੀਂ ਆਪਾਂ ਕੱਪੜ ਤੱਕ ਰਹਿੰਦੇ ਤੱਕ ਵੀ ਘੋੜਾ ਛੱਡ ਦੇਣਾ। ਠੀਕ ਹੈ ਜੀ। ਹਾਂ ਵੀ ਘੋੜੀ ਕੱਪੜ ਹੋਣੀ ਜ਼ਰੂਰੀ ਆ। ਠੀਕ ਹੈ ਜੀ। ਠੀਕ ਹੈ ਜੀ। ਹਾਂ ਤੇ ਅੱਜ ਕੱਲ੍ਹ ਇੱਕ ਵਾਰੀ ਘੋੜਾ ਛੱਡਤਾ, ਦੋ ਵਾਰੀ ਛੱਡਤਾ, ਪਰ ਆਪਾਂ ਨੂੰ ਆਇਆ ਵੀ ਘੋੜੀ ਸਹੀ ਅੰਦਰ ਦੀ ਸਾਫ ਆ ਤਾਂ ਆਪਾਂ ਵੀ ਕੱਪੜ ਕਰਾਉਣ ਤੱਕ ਹੀ ਚੱਲ। ਠੀਕ ਹੈ ਨਾ। ਤੇ ਜਿਹੜੇ ਅੱਜ ਕੱਲ੍ਹ ਆਪਣੀ ਨੌਜਵਾਨ ਪੀੜ੍ਹੀ ਹੈ ਜੀ, ਹਾਂਜੀ ਹਾਂਜੀ, ਇਹ ਘੋੜਾ ਲਾਈਨ ਦੇ ਵਿੱਚ ਆ ਰਹੀ ਹੈ, ਉਹਨਾਂ ਨੂੰ ਤੁਸੀਂ ਆਪਣਾ ਸੁਝਾਅ ਦਿਓ ਵੀ ਉਹਨਾਂ ਨੂੰ ਕਿਹੜਾ ਜਾਨਵਰ ਲੈਣਾ ਚਾਹੀਦਾ ਤੇ ਕਿੱਥੋਂ ਕੁ ਤੱਕ ਦੇ ਮਤਲਬ ਖਰਚਾ ਕਰਕੇ ਜਾਨਵਰ? ਇਹ ਜਿਹੜੇ ਚੰਗੇ ਲੈਣ ਦੇ ਘੋੜਿਆਂ ਨਾਲ ਮੰਨ ਲਓ ਕਿ ਇਹ ਬੋਰ ਵਾਲੀ ਲੈਣਾ ਜੀ, ਮਿੰਟੂ ਰੋਡੇ ਵਾਲੇ ਘੋੜਿਆਂ ਦੀ ਲੈਣਾ ਸਾਰੀ, ਹਾਂਜੀ, ਤੇ ਇਹਨਾਂ ਦੇ ਜਿਹੜੇ ਬੱਚੇ ਆਇਆ ਹੋਇਆ ਮੰਨੋ ਸਭ ਤੋਂ ਹਾਈਟ ਤਾਂ ਜ਼ਿਆਦਾ ਇਹਨਾਂ ਨੇ ਕੀਤੀ। ਠੀਕ ਹੈ ਜੀ। ਆਪਾਂ ਮੰਨ ਲਓ ਜਿਹੜੇ ਆਪਣੇ ਨਵਾਂ ਸਟਾਰਟਿੰਗ ਕਰਨਾ ਚਾਹੁੰਦੇ ਉਹਨਾਂ ਨੂੰ ਕਿੱਥੋਂ ਕੁ ਤੱਕ ਵੀ ਸਟਾਰਟਿੰਗ ਕਰਨੀ ਚਾਹੀਦੀ ਹੈ ਜੀ, ਕਿੰਨੇ ਕੁ ਬਜਟ ਤੋਂ? ਵੇਖੋ ਜੀ, ਚੰਗਾ ਜਾਂ ਉਹਨਾਂ ਨੇ ਬਸ਼ੇਰੀ ਲਓ ਘੱਟ ਤੋਂ ਘੱਟ 3-4 ਲੱਖ ਰੁਪਏ ਤੋਂ, 4 ਲੱਖ ਰੁਪਏ ਤੋਂ ਘੱਟ ਚੰਗੀ ਬਸ਼ੇਰੀ ਨਹੀਂ ਹੁੰਦੀ ਚੰਗੇ ਘੋੜੇ। ਠੀਕ ਹੈ ਜੀ। ਹਾਂਜੀ ਵੀ ਆਪਾਂ 6-7 ਮਹੀਨੇ ਦਾ। ਠੀਕ ਹੈ ਜੀ। ਤੇ ਆਪਣਾ ਕੰਟੈਕਟ ਨੰਬਰ ਜ਼ਰੂਰ ਦੱਸੋ। ਹਾਂਜੀ ਕੰਟੈਕਟ ਨੰਬਰ ਜੀ? ਨੰਬਰ ਜੀ? ਹਾਂਜੀ ਹਾਂਜੀ। ਨੰਬਰ 98-726-2786। ਹਾਂਜੀ। 77-278-58 ਜੀ। ਠੀਕ ਹੈ ਜੀ। ਦੁਬਾਰਾ ਫੇਰ ਦੱਸ ਦਿਓ ਜੀ। 98-726-2786। ਠੀਕ ਹੈ ਜੀ। 77-858 ਜੀ। ਠੀਕ ਹੈ। ਤੇ ਤੁਸੀਂ ਸੇਲ ਪਰਚੇਸ ਦਾ ਕੰਮ ਵੀ ਕਰਦੇ ਜੀ? ਹਾਂ ਕੋਈ ਬੜਾ ਜ਼ਿਆਦਾ ਨਹੀਂ ਗਾ, ਜ਼ਿਆਦਾ ਤਾਂ ਸਾਡਾ ਉਹਦੇ ਘਰ ਦੀਆਂ ਘੋੜੀਆਂ ਹੀ ਹੈ, ਘੋੜੀਆਂ ਹੀ ਸਵਾਉਣੇ ਆਪਾਂ, ਉਹਨਾਂ ਦੇ ਵੱਲੋਂ ਗੱਲ ਤਿਆਰ ਕਰਕੇ ਬੱਚੇ ਸੇਲ ਕਰਦੇ। ਠੀਕ ਹੈ। ਜੇ ਕਿਸੇ ਆਪਣੇ ਦੋਸਤ ਮਿੱਤਰ ਨੇ ਜਿਹੜਾ ਜਾਨਵਰ ਆ ਖਰੀਦਣਾ ਹੋਵੇ ਉਹ ਤੁਹਾਡੇ ਨਾਲ ਕੰਟੈਕਟ ਕਰੋ, ਤੁਸੀਂ ਉਹਦੀ ਹੈਲਪ ਕਰੋਗੇ ਜਾਨਵਰ? ਹਾਂ 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 ਕੋਈ ਗੱਲ ਨਹੀਂ, ਕਈ ਵਾਰੀ ਪਤਾ ਹੁੰਦਾ ਸਾਨੂੰ ਕੋਈ ਜਾਨਵਰ ਇੱਥੇ ਵੇਚਦੇ ਆ, ਇੱਥੇ ਚੰਗਾ ਖੜਾ ਜਾ ਗੱਲ ਆ ਕਿਵੇਂ। ਠੀਕ ਹੈ। ਬਾਕੀ ਉਹ ਬਸ਼ੇਰਾ ਇੱਕ ਹੋਰ ਆਪਾਂ ਤਿਆਰ ਕਰਾਂ ਜੀ ਨਾਲ। ਅੱਛਾ ਭਾਈ, ਇਹ